ਪ੍ਰਾਈਵੇਟ ਤੌਰ ਦੇ ਉੱਪਰ ਕੰਮ ਕਰਨ ਵਾਲੇ ਯਾਨੀ ਕਿ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਲਈ ਇੱਕ ਵੱਡੀ ਖਬਰ ਹੈ ਉਹਨਾਂ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੇ ਉੱਪਰ ਜੋ ਜ਼ੁਲਮ ਹੁੰਦਾ ਸੀ ਜਾਂ ਕਹਿ ਲਈਏ ਕਿ ਉਹਨਾਂ ਤੋਂ ਵਾਧੂ ਕੰਮ ਲਿਆ ਜਾਂਦਾ ਸੀ ਪਰ ਤਨਖਾਹਾਂ ਜਿਹੜੀਆਂ ਐ ਉਹ ਉੰਨੀਆਂ ਹੀ ਦਿੱਤੀਆਂ ਜਾਂਦੀਆਂ ਸੀ ਜਿੰਨੀ ਦਿਹਾੜੀ ਹੈ ਦਿਨ ਦੀ ਯਾਨੀ ਕਿ ਉਸ ਸਬੰਧੀ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਯਾਨੀ ਕਿ ਕੰਮ ਦੇ ਘੰਟਿਆਂ ਸੰਬੰਧੀ ਸਪਸ਼ਟੀਕਰਨ ਸਰਕਾਰ ਨੇ ਜਾਰੀ ਕੀਤਾ ਹੈ ਤਾਂ ਜੋ ਜਾਣਕਾਰੀ ਆਈ ਹੈ ਪੰਜਾਬ ਸਰਕਾਰ ਵੱਲੋਂ ਤਾਂ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਕਿਰਤ ਵਿਭਾਗ ਪੰਜਾਬ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕੰਮਕਾਜੀ ਦਿਨ ਦੇ ਦੌਰਾਨ ਇੱਕ ਕੀਰਤੀ ਤੋਂ ਵੱਧ ਤੋਂ ਵੱਧ 12 ਘੰਟੇ ਕੰਮ ਕਰਵਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਵਿਆਖਿਆ ਗਲਤ ਹੈ ਕੰਮ ਦੇ ਘੰਟੇ 12 ਸਮਝ ਲਏਗੇ ਜੋ ਕਿ ਗਲਤ ਨੇ 12 ਘੰਟੇ ਤੁਸੀਂ ਨਹੀਂ ਲੈ ਸਕਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਕਰਨ ਵਾਲੇ ਘੰਟਿਆਂ ਦੀ ਗਿਣਤੀ ਪਹਿਲਾ ਵਾਂਗ 8 ਘੰਟੇ ਹੀ ਹੈ ਜਿਸ ਵਿੱਚ ਆਰਾਮ ਦਾ ਸਮਾਂ ਨਹੀਂ ਹੈ ਰੈਸਟ ਇੰਟਰਵਲਸ ਨਹੀਂ ਹੈ ਇਸ ਦੇ ਵਿੱਚ 8 ਘੰਟੇ ਤੁਹਾਨੂੰ ਕੰਮ ਕਰਨਾ ਪਏਗਾ ਬੁਲਾਰੇ ਨੇ ਇਸ ਤੋਂ ਬਾਅਦ ਹੋਰ ਸਪਸ਼ਟ ਕਰਦੇ ਹੋਏ ਕਿਹਾ ਕਿ ਐਕਟ ਦੇ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ ਕੋਈ EMPLOYE ਉਸ ਤੋਂ 48 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ ਇੱਕ ਹਫ਼ਤੇ ਵਿੱਚ ਜੇਕਰ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਫਿਰ ਉਸ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਉਨਾਹਟ ਅਨੁਸਾਰ ਓਵਰਟਾਈਮ ਦੇਣਾ ਜ਼ਰੂਰੀ ਹੈ ਇਸ ਮੱਦ ਦੇ ਅਨੁਸਾਰ ਫੈਕਟਰੀ ਦੇ ਵਿੱਚ ਕੰਮ ਕਰਨ ਵਾਲਾ ਵਰਕਰ ਜੋ ਇੱਕ ਕੰਮਕਾਜੀ ਦਿਨ ਦੇ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫਤੇ ਦੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਦਿਹਾੜੀ ਤੋਂ ਦੋ ਗੁਣੀ ਤਨਖਾਹ ਦੇਣੀ ਲਾਜ਼ਮੀ ਹੈ ਯਾਨੀ ਕਿ ਇੱਥੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਕੰਮ ਦੇ ਘੰਟੇ ਆ ਉਹ 12 ਘੰਟੇ ਨਹੀਂ ਹੈ ਜੋ ਵਿਆਖਿਆ ਬਣਾਈ ਗਈ ਹੈ ਕੰਮ ਦੇ ਘੰਟੇ 8 ਰਹਿਣਗੇ ਇਸ ਦੇ ਵਿੱਚ ਜਿਹੜਾ ਹੈ ਰੈਸਟ ਵਾਲਾ ਸਮਾਨੀ ਹੋਏਗਾ ਤੇ 8 ਘੰਟੇ ਤੋਂ ਜੇਕਰ ਵੱਧ ਸਮਾਂ ਲੱਗਦਾ ਜੇਕਰ ਕੋਈ 9 ਘੰਟੇ ਲਾ ਰਿਹਾ ਤੇ ਹਫਤੇ ਦੇ ਵਿੱਚ ਉਸ ਦੇ 48 ਘੰਟੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਤਾਂ ਫਿਰ ਅਜਿਹੇ ਦੇ ਵਿੱਚ ਉਸ ਨੂੰ ਦੁੱਗਣੀ ਦੋ ਗੁਣਾ ਜੋ ਦਿਹਾੜੀ ਹੈ ਜੇ ਕੋਈ 500 ਰੁਪਏ ਦਿਹਾੜੀ ਲੈ ਰਿਹਾ ਤਾਂ ਉਸ ਨੂੰ 1000 ਰੁਪਏ ਦੇਣਾ ਪਏਗਾ ਕੰਪਨੀ ਨੂੰ ਫੈਕਟਰੀਆਂ ਨੂੰ ਜਿਹੜੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਨੇ ਇਸ ਤੋਂ ਬਾਅਦ ਸਰਕਾਰ ਨੇ ਇਹ ਵੀ ਅੱਗੇ ਦੱਸਿਆ ਸਪਸ਼ਟ ਕੀਤਾ ਕਿ ਫੈਕਟਰੀ ਐਕਟਸ ਐਂਡ ਰੂਲਸ ਅਨੁਸਾਰ ਕਿਸੇ ਵੀ ਵਰਕਰ ਨੂੰ ਲਗਾਤਾਰ 7 ਦਿਨ ਤੋਂ ਵੱਧ ਓਵਰਟਾਈਮ ਨਹੀਂ ਕਰਵਾਇਆ ਜਾ ਸਕਦਾ ਇਸ ਦੇ ਨਾਲ ਹੀ ਇੱਕ ਹਫਤੇ ਵਿੱਚ ਕਿਸੇ ਵੀ ਵਰਕਰ ਦੇ ਕੰਮਕਾਜੀ ਘੰਟੇ 60 ਤੋਂ ਵੱਧ ਨਹੀਂ ਹੋ ਸਕਦੇ ਜੇਕਰ ਤੁਸੀਂ 8 ਘੰਟੇ ਇੱਕ ਹਫਤੇ ਦੇ ਵਿੱਚ 5 6 ਦਿਨ ਕੰਮ ਕਰਦੇ ਹੋ ਤਾਂ 48 ਘੰਟੇ ਬਣਦੇ ਹੈ 8 ਘੰਟੇ ਦੇ ਹਿਸਾਬ ਦੇ ਨਾਲ ਤੇ ਜੇਕਰ ਓਵਰਟਾਈਮ ਲਾ ਕੇ ਉਹਨਾਂ ਨੇ ਕਿਹਾ ਕਿ 60 ਘੰਟਿਆਂ ਤੋਂ ਵੱਧ ਨਹੀਂ ਹੋ ਸਕਦੇ ਤੇ ਨਾ ਹੀ ਇੱਕ 15ਵਾੜੇ ਦੇ ਵਿੱਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹੈ ਪੰਜਾਬ ਸਰਕਾਰ ਦੀ ਇਸ ਖਬਰ ਦੇ ਨਾਲ ਉਹਨਾਂ ਕਾਮਿਆਂ ਨੂੰ ਜ਼ਰੂਰ ਰਾਹਤ ਮਿਲੇਗੀ ਜੇ ਜੋ ਅਜੇ ਹੀ ਸ਼ਿਕਾਰ ਹੁੰਦੇ ਨੇ ਜਿੰਦੇ ਆਂਦੇ ਆ ਘਰੋਂ 8 ਘੰਟੇ ਸ਼ਿਫਟ ਕਰਨ ਦੇ ਲਈ ਪਰ ਉੱਥੇ ਲੱਗ ਜਾਂਦੇ ਆ 9 ਘੰਟੇ 10 ਘੰਟੇ 11 ਜਾਂ 12 ਕਈ ਕਈ ਤਾਂ 15-15 ਘੰਟੇ ਜਦੋਂ ਸੀਜ਼ਨ ਹੁੰਦਾ ਉਦੋਂ ਲੱਗ ਜਾਂਦੇ ਆ ਪਰ ਉਹਨਾਂ ਨੂੰ ਤਨਖਾਹ ਮਾਤਰ ਜੋ ਮਹੀਨਾਵਾਰ ਉਹਨਾਂ ਦੀ ਤੈਅ ਹੁੰਦੀ ਹੈ ਉਹੀ ਮਿਲਦੀ ਹੈ ਤਾਂ ਇਸ ਕਰਕੇ ਹੁਣ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੋ 12 ਘੰਟਿਆਂ ਦੀ ਵਿਆਖਿਆ ਹੈ ਉਹ ਗਲਤ ਹੈ ਇਸ ਨੂੰ ਗਲਤ ਸਮਝ ਲਿਆ ਜਾਵੇ ਔਰ ਜੋ ਸਹੀ ਹੈ ਉਹ ਹੈ ਕਿ 8 ਘੰਟੇ ਹੀ ਜਿਹੜਾ ਕੰਮ ਦੇ ਲੈ ਜਾਣ ਜੇਕਰ 8 ਘੰਟੇ ਤੋਂ ਵੱਧ ਸਮਾਂ ਲੱਗਦਾ ਹੈ ਹਫਤੇ ਦੇ ਵਿੱਚ 48 ਘੰਟੇ ਤੋਂ ਵੱਧ ਸਮਾਂ ਲੱਗਦਾ ਹੈ ਤਾਂ ਉਸ ਨੂੰ ਦੋਗਣੀ ਦਿਹਾਰੀ ਦਿੱਤੀ ਜਾਵੇ ਸ਼ਰਤ ਇਹ ਹੈ ਕਿ 60 ਘੰਟੇ ਹਫਤੇ ਦੇ ਵਿੱਚ ਹੋਣੇ ਜ਼ਰੂਰੀ ਹੈ ਜਾਂ ਜਿਹੜੇ 60 ਘੰਟੇ ਹੈ ਉਸ ਤੋਂ ਉੱਪਰ ਹੋਣੇ ਨਾ ਹੋਵੇ ਯਾਨੀ ਕਿ 48 ਘੰਟੇ ਤੋਂ 60 ਦੇ ਵਿੱਚ ਵਿੱਚ ਹੋਵੇ ਉਸ ਨੂੰ ਓਵਰਟਾਈਮ ਮੰਨਿਆ ਜਾਵੇਗਾ 60 ਘੰਟੇ ਤੋਂ ਉੱਪਰ ਓਵਰਟਾਈਮ ਦੀ ਵੀ ਸ਼ਰਤ ਜਿਹੜੀ ਹੈ ਲਗਾ ਦਿੱਤੀ ਹੈ ਕਿ ਨਾ ਕਰਵਾਇਆ ਜਾਵੇ